ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਕਰਦੇ ਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਕਿਸਾਨ ਵੀਰਾਂ ਦੇ ਲਈ ਮੌਸਮ ਦੀ ਜਾਣਕਾਰੀ ਆਪਾਂ ਲੈ ਕੇ ਹਾਜ਼ਰ ਆਂ 4 ਜੂਨ ਨੂੰ ਕਿ ਅੱਜ 4 ਜੂਨ ਨੂੰ ਪੰਜਾਬ ਦਾ ਮੌਸਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਦਾ ਰਹੇਗਾ ਕਿਹੜੇ ਜ਼ਿਲ੍ਹਿਆਂ ਵਿੱਚ ਬਰਸਾਤ ਦੇ ਚਾਂਸ ਵੱਧ ਰਹੇ ਨੇ ਤੇ ਬੱਦਲਬਾਜ਼ੀ ਤੋਂ ਲੈ ਕੇ ਹਵਾਵਾਂ ਦੀ ਸਾਰੀ ਜਾਣਕਾਰੀ ਇਹ ਜੋ ਵੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਖੇਤੀਬਾੜੀ ਕਿਸਾਨੀ ਅਤੇ ਮੌਸਮ ਦੇ ਸਬੰਧਤ ਹਰ ਪ੍ਰਕਾਰ ਦੀ ਜੋ ਜਾਣਕਾਰੀ ਹੈ ਸਮੇਂ-ਸਮੇਂ ਤੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਗੱਲ ਕਰਦੇ ਹਾਂ ਸਵੇਰ ਤੋਂ ਬੱਦਲਵਾਈ ਦੇ ਦੌਰ ਪੰਜਾਬ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ 75-80% ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਬੱਦਲਵਾਈ ਜਿਹੜੀ ਦਰਮਿਆਨੇ ਤੋਂ ਲੈ ਕੇ ਸੰਗਣੀ ਰਹੇਗੀ ਤੇ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰੀਏ ਕੁਝ ਦੋਆਬੇ ਦੇ ਖੇਤਰ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਪੂਰਬੀ ਅਤੇ ਉੱਤਰੀ ਮਾਲਵਾ ਤੇ ਦੱਖਣੀ ਮਾਲਵਾ ਖੇਤਰਾਂ ਤੇ ਮੱਧ ਪੰਜਾਬ ਦੇ ਇਲਾਕੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਬੱਦਲ ਵਈਏ ਜਿਹੜੀ ਸੰਘਣੀ ਬਣੀ ਰਹੇਗੀ ਤੇ ਜਿਹੜੇ ਪੱਛਮੀ ਸਰਹੱਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਿਵੇਂ ਅਮਰਸਰ ਹੋ ਗਿਆ ਤਰਨਤਾਰਨ ਸਾਹਿਬ ਤੇ ਇਸ ਤੋਂ ਇਲਾਵਾ ਕੁਝ ਫਿਰੋਜ਼ਪੁਰ ਦੇ ਜਾਂ ਗੱਲ ਕਰੀਏ ਫਾਜ਼ਿਲਕਾ ਦੇ ਭਾਗ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਬੱਦਲਬਾਈ ਥੋੜੀ ਜੀ ਟੋਟਵੇਂ ਰੂਪ ਵਿੱਚ ਬਣੀ ਰਹੇਗੀ ਹਲਕੀ ਦਰਮਿਆਨੀ ਕਈ ਹਿੱਸਿਆਂ ਦੇ ਵਿੱਚ ਧੁੱਪ ਦਾ ਮਾਹੌਲ ਵੀ ਸਵੇਰ ਸਮੇਂ ਦੇਖਣ ਨੂੰ ਮਿਲੂਗਾ ਤੇ ਜਿਹੜੇ ਹਲਾਕਿਆਂ ਦੇ ਵਿੱਚ ਮੀਂਹ ਦੇ ਅਸਰ ਮੜ ਰਹੇ ਨੇ ਤਾਂ ਉਹਨਾਂ ਦੇ ਵਿੱਚ ਆਪਾਂ ਗੁਰਦਾਸਪੁਰ ਤੋਂ ਲੈ ਕੇ ਪਠਾਨਕੋਟ ਹੁਸ਼ਿਆਰਪੁਰ ਹੋ ਗਿਆ ਤੇ ਇਸਲਾਵਾ ਜਲੰਧਰ ਦੇ ਕੁਝ ਭਾਗ ਕਪੂਰਥਲੇ ਦੇ ਲੁਧਿਆਣਾ ਐਸਵੀਐਸ ਨਗਰ ਹੋ ਗਿਆ ਮੋਗਾ ਬਰਨਾਲਾ ਬਠਿੰਡਾ ਮਾਨਸਾ ਪਟਿਆਲਾ ਸੰਗਰੂਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਇਲਾਕੇ ਹੋਣਗੇ ਜਿਹੜੇ ਪਟਿਆਲੇ ਵੱਲ ਇਹਨਾਂ ਹਿੱਸੇ ਦੇ ਵਿੱਚ ਬੱਦਲਬਾਈ ਦੇ ਨਾਲ ਜਿਹੜਾ ਹਲਕਾ ਹੁਰਕਾ ਮੀਂਹ ਆ ਦਰਮਿਆਨ ਰੂਪ ਤੱਕ ਦੀਆਂ ਮੀਂਹ ਦੀਆਂ ਬੁਸ਼ਾਰਾਂ ਅੰਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦਰਜ ਕੀਤੀਆਂ ਜਾ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਲੁਧਿਆਣਾ ਹੋ ਗਿਆ ਤੇ ਕੁਝ ਮੋਗੇ ਦੇ ਭਾਗ ਤੇ ਨਾਲ ਲੱਗਦੇ ਭਾਗ ਹੋਣਗੇ ਜਿਹੜੇ ਫਿਰੋਜ਼ਪੁਰ ਦੇ ਤਾਂ ਇਹਨਾਂ ਹਿੱਸਿਆਂ ਦੇ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਦਰਮਿਆਨਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਸਵੇਰ ਦੇ ਵੇਲੇ ਹੀ ਤੇ ਇਸ ਤੋਂ ਇਲਾਵਾ ਵੱਖ-ਵੱਖ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਇਸ ਸੈਮ ਵਿਚ ਜਿਹੜੀਆਂ ਮੀਂਹ ਉਹ ਦੇਖਣ ਨੂੰ ਮਿਲਦਾ ਰਹੇਗਾ ਮੀਂਹ ਜ਼ਿਆਦਾਤਰ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਹੀ ਰਹੇਗਾ ਕਿਸੇ ਇਲਾਕੇ ਦੇ ਵਿੱਚ ਫਿਲਹਾਲ ਹਾਲੇ ਬਹੁਤ ਜਿਆਦਾ ਜਿਆਦਾ ਕਹਿਦੀਆਂ ਜਾਂ ਜਿਆਦਾ ਭਾਰੀ ਮੀਂਹ ਦੇ ਅਸਰ ਬਹੁਤ ਘੱਟ ਨੇ ਮਤਲਬ ਲੰਬਾ ਮੀਂਹ ਦਾ ਸਪੈਲ ਬਿਲਕੁਲ ਨਹੀਂ ਲੱਗੇਗਾ ਥੋੜੇ ਸਮੇਂ ਦੇ ਲਈ ਜਿਹੜਾ ਮੀਂਹ ਹੋਵੇਗਾ ਲਗਭਗ 15-20 ਮਿੰਟ ਜਾਂ ਫਿਰ ਅੱਧੇ ਘੰਟੇ ਦੇ ਲਈ ਮੀਂਹ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦਰਜ ਕੀਤਾ ਜਾਵੇਗਾ ਤੇ ਬੱਦਲਵਾਈ ਦਾ ਦੌਰ ਅੱਜ ਲਗਭਗ ਇਸੇ ਤਰ੍ਹਾਂ ਬਣੇ ਰਹਿਣ ਦੇ ਸਾਰ ਨੇ ਪਰ ਦੁਪਹਿਰ ਦੇ ਸਮੇਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਜਿਹੜਾ ਆਪਾਂ ਨੂੰ ਮੌਸਮ ਥੋੜਾ ਜਿਹਾ ਸਾਫ਼ ਹੁੰਦਾ ਨਜ਼ਰ ਆ ਸਕਦਾ ਹੈ ਪਰ 100% ਮੌਸਮ ਸਾਫ਼ ਹੋਣ ਦੇ ਸਾਰ ਨੇ ਉਹ ਬਹੁਤ ਜ਼ਿਆਦਾ ਘਟ ਨੇ ਯਾਨੀ ਕਿ ਟੁੱਟਵੇਂ ਰੂਪ ਦੇ ਵਿੱਚ ਜਿਹੜੀ ਬੱਦਲਵਾਈ ਅੱਜ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਣੀ ਰਹੇਗੀ ਮੌਸਮ ਦੇ ਵਿੱਚ ਬੱਦਲਵਾਈ ਹੋਣ ਦੇ ਕਾਰਨ ਥੋੜੀ ਜਿਹੀ ਠੰਡਕ ਬਣੀ ਰਹੇਗੀ ਟੈਂਪਰੇਚਰ ਹੋਵੇਗਾ ਜੋ ਉਹ ਲਗਭਗ 36-37 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜ ਕੀਤਾ ਜਾਵੇਗਾ